सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज, जिंदगी की भागदौड़ से कभी थकावट ना हो, जिम्मेदारियों और आशाओं से कभी तनाव ना हो, इसीलिए रोज पीजिए पुखराज नोनी जूस। ये शरीर से टॉक्सिन साफ कर आपको भरपूर ऊर्जा देता है, जिससे आपको मिलती है तन की शक्ति और मन की शांति। पुखराज नोनी जूस, ताकत शुद्धता की। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज होश नाल, अपने प्यारे दोस्त नाल, एक शहर तो दूजे शहर करो, ते आओ तुसी भी पंजाब दी सैर करो। सत श्री अकाल जी, मैं प्रिया राजेश लेके हाजिर हां तुहाडा अपना फेवरेट शो सैर पंजाब दी। हर हफ्ते मैं तुहानू एक नवी सिटी लेके जांदी हां, सो इस टाइम भी तुहानू मैं कित्थे लेके आई होवांगी, शहर शाहकोट दे विच लेके आई हां। दोस्तों, मैं भी शहर शाहकोट विच पहली बार आई हां, ते इत्थे नवी नवी चीजां मैं तुहाडे नाल आप देखणी हैगी, सो मैं तो बहुत एक्साइटेड हां। पर मैं तुहानू हुणे दसणा नहीं, क्योंकि मैं तुहाडे नाल चलांगी ते देखांगी उत्थे की खास है। पर उस तो पहला असीं नतमस्तक होवांगे दरबार शहनशाह गोदरी पीर जी दी दरगाह तो। ਬਟ ਫਰੈਂਡਸ, ਸ਼ਾਹਕੋਟ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਆਈ ਹਾਂ ਗਲੋਬਲ ਡਿਸਕਵਰੀ ਸਕੂਲ ਦੇ ਵਿੱਚ। ਬਟ ਡਿਸਕਵਰੀ ਚੈਨਲ ਬਾਰੇ ਜ਼ਰੂਰ ਮੈਂ ਸੁਣਿਆ ਸੀ, ਪਰ ਗਲੋਬਲ ਡਿਸਕਵਰੀ ਸਕੂਲ ਇਜ਼ ਰੀਅਲੀ ਨਿਊ ਥਿੰਗ ਟੂ ਹੇਅਰ ਐਂਡ ਅ ਨਿਊ ਪਲੇਸ ਟੂ ਸੀ। ਸੋ ਗਲੋਬਲ ਡਿਸਕਵਰੀ ਸਕੂਲ ਦੇ ਵਿੱਚ ਕਾਫੀ ਤਰ ਲੇਟੈਸਟ ਟੈਕਨੋਲੋਜੀਜ ਨਾਲ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ, ਬਹੁਤ ਹੀ ਇੰਟਰੈਕਟਿਵ ਲਰਨਿੰਗ ਹੈ। ਪਰ ਕਿਸ ਤਰ੍ਹਾਂ ਨਾਲ ਕਰਾਈਆਂ ਜਾਂਦੀਆਂ ਨੇ, ਕਿਹੋ ਜਿਹੀ ਫੈਸਿਲਿਟੀਜ਼ ਅਵੇਲੇਬਲ ਨੇ, ਇਹ ਸਭ ਕੁਝ ਦੇਖਣਾ ਪੈਣਾ। ਸੋ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ, ਔਰ ਬਿਨਾਂ ਟਾਈਮ ਵੇਸਟ ਕੀਤੇ ਅਸੀਂ ਫਟਾਫਟ ਦੇਖਦੇ ਹਾਂ ਅਤੇ ਜਾਣਦੇ ਹਾਂ ਕਿ ਕੁਝ ਖਾਸ ਹੈ ਗਲੋਬਲ ਡਿਸਕਵਰੀ ਸਕੂਲ ਦੇ ਵਿੱਚ। ਮੈਂ ਤਾਂ ਆ ਗਈ ਸਕੂਲ ਦੇ ਰਿਸੈਪਸ਼ਨ ਦੇ ਵਿੱਚ, ਸੋ ਇੰਟੀਰੀਅਰ ਬਹੁਤ ਹੀ ਪਿਆਰਾ ਲੱਗ ਰਿਹਾ। ਗਲੋਬਲ ਡਿਸਕਵਰੀ ਸਕੂਲ ਇਨਸ਼ੋਰਸ ਯੂ ਕਿ ਜਦੋਂ ਤੁਹਾਡਾ ਬੱਚਾ ਸਕੂਲ ਸਟੈਪ ਇਨ ਕਰੇ ਤੇ ਸਿਕਿਉਰਿਟੀ ਇਹੋ ਜਿਹੀ ਲਗਾਈ ਹੁੰਦੀ ਉਹਨਾਂ ਨੇ ਕਿ ਪੇਰੈਂਟਸ ਨੂੰ ਮੈਸੇਜ ਪਹੁੰਚ ਜਾਂਦਾ ਕਿ ਤੁਹਾਡਾ ਬੱਚਾ ਸਕੂਲ ਪਹੁੰਚ ਚੁੱਕਿਆ। ਐਂਡ ਇਸੇ ਤਰ੍ਹਾਂ ਜਦੋਂ ਛੁੱਟੀ ਹੁੰਦੀ ਹੈ, ਬੱਚਾ ਸਕੂਲ ਤੋਂ ਬਾਹਰ ਜਾਂਦਾ ਹੈ, ਤੇ ਉਸੇ ਟਾਈਮ ਪੇਰੈਂਟਸ ਨੂੰ ਮੈਸੇਜ ਮਿਲ ਜਾਂਦਾ ਕਿ ਤੁਹਾਡਾ ਬੱਚਾ ਸਕੂਲ ਤੋਂ ਬਾਹਰ ਐਗਜ਼ਿਟ ਹੋ ਚੁੱਕਿਆ। ਬਈ ਡਾਂਸ ਕਰਨ ਦਾ ਆਪਣਾ ਹੀ ਮਜ਼ਾ ਹੈਗਾ, ਜਿਵੇਂ ਤੁਹਾਨੂੰ ਦੇਖ ਰਹੀ ਹਾਂ ਡਾਂਸ ਰੂਮ ਦੇ ਵਿੱਚ। ਆਈ ਐਮ ਡਾਂਸਿੰਗ ਅਲੋਂਗ ਦ ਬੀਟਸ ਆਫ ਨਗਾਰੇ ਸੰਗ ਢੋਲ ਬਾਜੇ, ਸੋ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਹੈ। ਯੂ ਹੈਵ ਟ੍ਰੇਨਡ ਟੀਚਰਸ ਆਊਟ ਹੇਅਰ, ਡਾਂਸ ਟੀਚਰਸ। ਮੈਂ ਫੈਨ ਭਗਤ ਸਿੰਘ ਦਾ, ਜਿਹੜਾ ਨਹੀਂ ਸੀ ਗੁਲਾਮੀ ਕਰਦਾ, ਔਰ ਸੱਚ ਮੁਕੇ ਫਾਂਸੀ ਦਾ ਇੱਕ ਤਣ ਕੇ ਸੂਲੀ ਚੜਦਾ, ਉਹ ਮੁੜ ਕੇ ਆ ਜਾ ਵੀਰਿਆ ਓਏ, ਅਰਦਾਸ ਹੀ ਨਿਤ ਕਰਦਾ। ਮੈਂ ਫੈਨ ਭਗਤ ਸਿੰਘ ਦਾ, ਜਿਹੜਾ ਨਹੀਂ ਸੀ ਗੁਲਾਮੀ ਕਰਦਾ। ਵੈਲ, ਵਾਟ ਇਜ਼ ਦਿਸ ਐਕਚੁਅਲੀ? ਮੈਟਸਟਿਕਸ, ਯੈਸ। ਹੁਣ ਮੈਟਸਟਿਕਸ ਨਾਲ ਤੁਹਾਨੂੰ ਕੀ ਦਿਖਾਇਆ ਜਾ ਰਿਹਾ? ਦਿਸ ਇਜ਼ ਅ ਬੈਡਰੂਮ, ਯੂ ਹੈਵ ਦ ਸੋਫਾ ਸੈਟਸ, ਯੂ ਹੈਵ ਦ ਟੇਬਲ। ਸੋ ਇਜ਼ ਇਨ ਦਿਸ ਅਮੇਜ਼ਿੰਗ ਕਿ ਇੰਨੀ ਜਿਹੀ ਚੀਜ਼ ਨਾਲ ਹੀ ਤੁਹਾਨੂੰ ਕਿੰਨਾ ਕੁਛ ਆਈਡੀਆ ਹੋ ਜਾਂਦਾ ਕਿ ਬੱਚੇ ਆਪਣੀ ਕਲਾਸਿਸ ਵਿੱਚ ਮਾਡਲਸ ਕੰਪਲੀਟ ਕਰ ਸਕਦੇ ਨੇ, ਰਾਦਰ ਦੈਨ ਉਹਨੂੰ ਸੁੱਟਿਆ ਜਾ ਸਕਦਾ, ਜੋ ਕਿ ਡੀਕੰਪੋਜ਼ ਜਾਂ ਡੀਗ੍ਰੇਡ ਵੀ ਨਹੀਂ ਹੋ ਸਕਦੇ। ਹੈਲੋ
ਹੈਲੋ ਮੈਮ ਹਾਊ ਆਰ ਯੂ ਹਾਂਜੀ ਆਮ ਫਾਈਨ ਥੈਂਕ ਯੂ ਮੈਮ ਵੀ ਨੀਡ ਟੂ ਨੋ ਕਿ ਇਸ ਸਕੂਲ ਦੀ ਸ਼ੁਰੂਆਤ ਕਦੋਂ ਤੇ ਕਿਸ ਮਕਸਦ ਨਾਲ ਹੋਈ ਇਸ ਸਕੂਲ ਕੀ ਸ਼ੁਰੂਆਤ ਤੋਂ ਇਸੀ ਸਾਲ ਹੋਈ ਹੈ ਅਪ੍ਰੈਲ 2015 ਹਮਾਰਾ ਪਹਿਲਾ ਦਿਨ ਥਾ ਵਰਕਿੰਗ ਡੇ ਥਾ 15th ਅਪ੍ਰੈਲ ਓਕੇ ਲੇਕਿਨ ਇਨ ਥੋੜੇ ਸੇ 8-9 ਮਹੀਨੋਂ ਮੇ ਹੀ ਆਪ ਦੇਖ ਸਕਤੇ ਹੈ ਕਿ ਸਕੂਲ ਨੇ ਇਤਨਾ ਨਿਆ ਕੁਛ ਐਡ ਕਰ ਦਿਆ ਹੈ ਸੋ ਦੈਟ ਇਜ਼ ਐਨੀ ਸਕੂਲ ਯੂ ਨੋ ਦੈਟ ਵਿਲ ਐਡ ਆਲ ਦੀਸ ਫੈਸਿਲਿਟੀਜ਼ ਆਫਟਰ ਐਵਰੀ 5 or 6 ਈਅਰਸ ਆਫ ਇਨਸੈਪਸ਼ਨ Our school is done it in the middle year. One speciality of your school that differentiates it from the other school in the same city. Okay. So one thing that is the synosure of the school, I would call it, jo main point hai. In this school, you know, we develop the hidden qualities of the child. It is, we help him, jo humara school ka motto bhi hai, I want to be me. So bacche ke jitne apne talents hain uske, unko hum explore karke, and then we build a roadmap to his dreams. So we select the type of intelligence that he has and then we nurture him and we help him to choose a career of his choice and then we help him building up that career. Ramurthy ji, you know, wo chairman hai hamare aur wo kehte hain ki business nahi karna hai, school kholna hai, bachon ki padhai sabse zyada zaruri hai. So there's no compromise with the quality. I'm talking about the future plans. Tell us, what have you planned in future for your school? Dekhi, this school actually is built to cater to the needs after 10 years. That is what we say, roadmap to my dreams. So what a child will want once he leaves the school and he faces the society, that is what we are helping him out to do. That is for the child. Now school mein, abhi, you know, we'll be starting with 9th and 10th. And then very soon we'll be starting with 11th and 12th also. And then we'll, our golf ground will be ready. We'll be starting with the horse riding and all these facilities and all. So ma'am, we congratulate you for the time that you've gained success in a very short while time. So we wish you all the very best, that all that you plan in future tonu zarur mile and you get all the success that you wish. Thank you so much talking to us. ਤੁਸੀਂ ਹੁਣ ਦੇਖ ਸਕਦੇ ਹੋ ਮੈਂ ਸਕੂਲ ਦੀ ਬੱਸ ਦੇ ਵਿੱਚ ਬੈਠੀ ਹਾਂ ਜਿੱਥੇ ਤੁਹਾਨੂੰ ਮਿਲੇਗਾ ਸੀਸੀਟੀਵੀ ਕੈਮਰਾ ਤੇ ਜੀਪੀਆਰਐਸ ਸਿਸਟਮ ਸਾਡੇ ਕੋਲ ਬਹੁਤ ਸਾਰੀਆਂ ਸਾਰੀਆਂ ਥਾਵਾਂ ਹੈਗੀਆਂ ਸ਼ਹਿਰ ਸ਼ਾਹਕੋਟ ਦੇ ਵਿੱਚ ਅਸੀਂ ਫਟਾਫਟ ਚੱਲਦੇ ਤੇ ਐਕਸਪਲੋਰ ਕਰਦੇ ਤੇ ਤੁਹਾਨੂੰ ਘੁਮਾਉਂਦੇ ਆ ਸ਼ਹਿਰ ਸ਼ਾਹਕੋਟ ਮੇਰੇ ਫਰੈਂਡ ਸ਼ਾਹਕੋਟ ਸ਼ਹਿਰ ਤੋਂ ਮੈਂ ਲੈ ਕੇ ਘੁੰਮਣੀ ਆ ਤੁਹਾਨੂੰ ਬਟ ਘੁੰਮਦੇ ਘੁੰਮਦੇ ਤੁਹਾਡੇ ਨਾਲ ਮੇਰੀ ਨਜ਼ਰ ਪੈ ਗਈ APS ਕਾਲਜ ਆਫ ਨਰਸਿੰਗ ਦੇ ਵਿੱਚ ਹੁਣ ਨਰਸਿੰਗ ਕਾਲਜ ਸਪੈਸ਼ਲੀ ਡਾਕਟਰੀ ਤੋਂ ਰਿਲੇਟਡ ਹੈ ਕਿਵੇਂ ਪੇਸ਼ੈਂਟ ਦਾ ਖਿਆਲ ਰੱਖਿਆ ਜਾਂਦਾ ਔਰ ਬਹੁਤ ਕੁਝ ਚੀਜ਼ਾਂ ਨੇ ਜੋ ਸ਼ਾਇਦ ਮੈਨੂੰ ਵੀ ਨਹੀਂ ਪਤਾ ਸੋ ਤੁਹਾਡੇ ਨਾਲ ਮੈਂ ਵੀ ਇਹ ਚੀਜ਼ ਨੂੰ ਦੇਖਾਂਗੀ ਪਹਿਲੀ ਵਾਰ ਸੋ ਨਰਸਿੰਗ ਕਾਲਜ ਦੇ ਅੰਦਰ ਚੱਲਦੇ ਆ ਦੇਖਦੇ ਕਿਹੋ ਜਿਹੀ ਫੈਸਿਲਿਟੀਜ਼ ਹੈ ਕਿਹੋ ਜਿਹਾ ਸਟਾਫ ਹੈ ਵੈਲ ਫਰੈਂਡਸ APS ਇੰਸਟੀਟਿਊਟ ਆਫ ਨਰਸਿੰਗ ਦੇ ਵਿੱਚ ਮੈਂ ਤਾਂ ਲੈ ਕੇ ਤਾਂ ਘੁੰਮ ਰਹੀ ਹਾਂ ਬਟ ਤੁਹਾਨੂੰ ਇਹ ਤਾਂ ਦੱਸਿਆ ਤੇ ਸਪੈਸ਼ਲੀ ਕੋਰਸਿਸ ਕਿਹੜੇ ਕਰਵਾਏ ਜਾਂਦੇ ਨੇ ਵੈਲ ਜਿਹੜੇ ਕੋਰਸਿਸ ਇੱਥੇ ਕਰਵਾਏ ਜਾਂਦੇ ਨੇ ਉਹ ਹੈਗੇ GNM BSc ਤੇ BSc ਪੋਸਟ ਬੇਸਿਕ ਸੋ ਫਰੈਂਡਸ ਤੁਹਾਨੂੰ ਕੋਈ ਵੀ ਪ੍ਰੋਬਲਮ ਲੈਣ ਦੀ ਲੋੜ ਨਹੀਂ ਬਿਕੋਜ਼ ਨਰਸਿੰਗ ਨੂੰ ਲੈ ਕੇ ਜਿਹੜੇ ਵੀ ਤੁਹਾਨੂੰ ਕੋਰਸਿੰਗ ਹੈਗੀ ਹੈ ਕੋਰਸਿਸ ਹੈਗੇ ਹੈ ਜਾਂ ਟ੍ਰੇਨਿੰਗ ਚਾਹੀਦੀ ਹੈ ਤੁਹਾਨੂੰ ਬਹੁਤ ਬੈਸਟ ਤਰੀਕੇ ਨਾਲ ਇੱਥੇ ਕਰਵਾਈ ਜਾਂਦੀ ਹੈ ਐਂਡ ਯੈਸ ਦ ਹੋਸਟਲ ਫੈਸਿਲਿਟੀ ਇਜ਼ ਆਲਸੋ ਸੁਪਰਬ ਤੁਹਾਨੂੰ ਕਾਲਜ ਦੇ ਅੰਦਰ ਹੀ ਹੋਸਟਲ ਫੈਸਿਲਿਟੀ ਮਿਲਦੀ ਹੈ ਲਓ ਜੀ ਹੁਣ ਮੈਂ ਖੜੀ ਹਾਂ ਇੱਥੇ ਨਰਸਿੰਗ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੂੰ ਇੱਥੇ ਕਾਫੀ ਚੀਜ਼ਾਂ ਸਿਖਾਈਆਂ ਜਾ ਰਹੀਆਂ ਨੇ ਸਪੈਸ਼ਲੀ ਜੋ ਕਿ ਹੁਣ ਮੈਨੂੰ ਪਤਾ ਲੱਗਿਆ ਓਰਲ ਮੈਡੀਕੇਸ਼ਨ ਜਿਵੇਂ ਕਿ ਇੱਕ ਪੇਸ਼ੈਂਟ ਨੂੰ ਓਰਲੀ ਕਿਵੇਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਕਿਸ ਪਰਪਸ ਲਈ ਦਿੱਤੀਆਂ ਜਾਂਦੀਆਂ ਨੇ ਜੋ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਕੀ ਹੈਗੀਆਂ ਐਂਡ ਪਰਟੀਕੁਲਰਲੀ ਸੀਕਨ ਫਲਾਈ ਜੋ ਵੀ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਇੱਕ ਨਰਸਿੰਗ ਸਟੂਡੈਂਟ ਨੂੰ ਉਹ ਇੱਥੇ ਟ੍ਰੇਨ ਸਟਾਫ ਯਾਨੀ ਟੀਚਰਸ ਦੇ ਨਾਲ ਸਿਖਾਇਆ ਜਾਂਦਾ ਨਾ ਸੋ ਮੇਰੇ ਨਾਲ ਆਓ ਅਸੀਂ ਦੇਖਦੇ ਹਾਂ ਕਿਵੇਂ ਸਿਖਾਇਆ ਜਾਂਦਾ ਤੇ ਸਾਨੂੰ ਵੀ ਕਾਫੀ ਇਨਫੋਰਮੇਸ਼ਨ ਮਿਲੇਗੀ ਸੋ I'm going to explain this procedure. This is the oral medication procedure. So oral medication, what is the oral medication? We have some medication and we'll give this medication directly to the patient orally.
ਵੈਲ ਮੇਰੇ ਕੋਲ ਕੁਝ ਸਟੂਡੈਂਟਸ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਤਾਂ ਜਾਣਦੇ ਉਹਨਾਂ ਤੋਂ ਉਹਨਾਂ ਦੇ ਕਾਲਜ ਦੇ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਮੇਰਾ ਨਾਮ ਜਸਪ੍ਰੀਤ ਹੈ। ਓਕੇ ਜਸਪ੍ਰੀਤ, ਤੁਸੀਂ ਕਿਹੜੇ ਇਅਰ ਦੇ ਵਿੱਚ ਹੋ? ਆਮ ਸਟੂਡੈਂਟ ਆਫ 3rd ਇਅਰ। 3rd ਇਅਰ, ਓਕੇ। ਸੋ ਜਸਪ੍ਰੀਤ 3 ਸਾਲ ਹੋ ਗਏ ਤੁਹਾਨੂੰ ਇੱਥੇ ਇਸ ਕਾਲਜ ਦੇ ਵਿੱਚ, ਤੇ ਦੱਸੋ ਤੁਹਾਨੂੰ ਹੁਣ ਤੱਕ ਕਿਹੋ ਜਿਹੀ ਆਪਣੇ 'ਚ ਇੰਪਰੂਵਮੈਂਟ ਲੱਗੀ, ਕਿਹੋ ਜਿਹਾ ਤੁਹਾਨੂੰ ਪੜ੍ਹਾਈ ਦਾ ਸਟਾਫ ਇੱਥੇ ਮਿਲਿਆ, ਕਿਹੋ ਜਿਹੀ ਪੜ੍ਹਾਈ ਮਿਲੀ ਹੈ, ਸਭ ਕੁਝ ਦੇ ਬਾਰੇ ਦੱਸੋ। ਅਬਾਊਟ ਮਾਈ ਐਕਸਪੀਰੀਅੰਸ, ਜੇ ਮੈਂ ਕਹਾਂ ਤਾਂ ਮੇਰੇ ਇੱਕ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਲਾਈਕ ਅਦਰ ਕਾਲਜਿਸ ਐਜ ਕੰਪੇਅਰ ਟੂ ਅਦਰ ਕਾਲਜਿਸ, ਮੈਨੂੰ ਲੱਗਦਾ ਮੇਰਾ ਕਾਲਜ ਕਾਫੀ ਟੌਪ 'ਤੇ ਐਂਡ ਕਾਫੀ ਬੈਸਟ ਹੈ। ਬਈ ਸਟੂਡੈਂਟਸ ਤਾਂ ਬਹੁਤ ਸੈਟਿਸਫਾਈਡ ਨੇ, ਹੁਣ ਇਹਨਾਂ ਨੂੰ ਪੁੱਛਦੇ ਹਾਂ ਕਿ ਇੱਥੇ ਹੋਸਟਲ ਫੈਸਿਲਿਟੀ ਵੀ ਅਵੇਲੇਬਲ ਹੈ? ਹੋਸਟਲ ਫੈਸਿਲਿਟੀ ਵੀ ਹੈ। ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ। ਮੇਰਾ ਨਾਮ ਸੋਨਲਪ੍ਰੀਤ ਕੌਰ ਹੈ। ਸੋਨਲਪ੍ਰੀਤ, ਤੁਸੀਂ ਬੜੇ ਸੋਹਣੇ ਹੋ, ਤੇ ਸੋਨਲਪ੍ਰੀਤ ਤੁਸੀਂ ਦੱਸੋ ਇੱਥੇ ਹੋਸਟਲ ਫੈਸਿਲਿਟੀਜ਼ ਹੈਗੀਆਂ? ਹਾਂਜੀ ਹੈਗੀਆਂ, ਹੋਸਟਲ ਫੈਸਿਲਿਟੀਜ਼ ਬਹੁਤ ਵਧੀਆ ਆ। ਤੁਸੀਂ ਕਮਰੇ ਦੀ ਗੱਲ ਕਰੋ, ਜਿਹੜੇ ਕਮਰੇ ਆ ਪੂਰੀ ਤਰ੍ਹਾਂ ਨਾਲ ਇੱਕ ਤਾਂ ਖੁੱਲ੍ਹੇ ਆ, ਰੂਮ ਸਪੇਸ ਪੂਰੀ ਆ, ਵੈਂਟੀਲੇਟਡ ਆ। ਤੁਸੀਂ ਕਿਹੜੇ ਇਅਰ ਦੇ ਵਿੱਚ ਹੋ? ਮੈਂ 3rd ਇਅਰ ਸਾਂ। 3rd ਇਅਰ। ਸੋ ਤੁਸੀਂ ਇਹਨਾਂ 3 ਸਾਲਾਂ ਦੇ ਵਿੱਚ ਕਿਹੋ ਜਿਹਾ ਸਟੱਡੀ ਐਕਸਪੀਰੀਅੰਸ ਇੱਥੇ ਐਕਸਪੀਰੀਅੰਸ ਕੀਤਾ ਹੈ? ਅਬਾਊਟ ਸਟੱਡੀ? ਯੈਸ। ਸਟੱਡੀ ਤਾਂ ਕਾਫੀ ਜ਼ਿਆਦਾ ਵਧੀਆ, ਤੇ ਇੱਕ ਤਾਂ ਜਿੱਦਾਂ ਇਹਨਾਂ ਦੱਸਿਆ ਕਿ ਸਟਾਫ ਤਾਂ ਬਿਲ ਕੁਆਲੀਫਾਈਡ ਹੈਗਾ ਹੀ ਆ। ਨੇੜੇ ਸਾਡੀ ਨਰਸਿੰਗ ਫਾਊਂਡੇਸ਼ਨ ਦੀ ਪ੍ਰੈਕਟਿਸ ਲੈ ਪਿਆ, ਮਤਲਬ ਕਿ ਪ੍ਰੈਕਟੀਕਲ ਆਪਾਂ ਇੱਥੇ ਕਰਦੇ ਹਾਂ। ਜਦੋਂ ਕਲੀਨਿਕਲ ਐਕਸਪੀਰੀਅੰਸ ਲਈ ਜਾਣਾ, ਉਸ ਤੋਂ ਪਹਿਲਾਂ ਇੱਥੇ ਸਾਨੂੰ ਡਮੀਜ਼ 'ਤੇ ਪ੍ਰੈਕਟਿਸ ਕਰਵਾਈ ਜਾਂਦੀ ਹੈ, ਅਤੇ ਡਮੀਜ਼ ਇੱਕ ਨਹੀਂ ਹੈਗੀ, ਬਹੁਤ ਸਾਰੀਆਂ ਡਮੀਜ਼ ਹੈ ਐਂਡ ਈਚ ਡਮੀ 3 ਲੱਖ ਇੱਦਾਂ ਦੇ, ਮਤਲਬ ਲੱਖਾਂ ਦੇ ਹਿਸਾਬ ਨਾਲ ਆਉਂਦੀਆਂ ਹੈ। ਮਤਲਬ ਕਿ ਸਟੱਡੀ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਕੰਪਿਊਟਰ ਲੈਬਸ ਵੀ ਹੈਗੀਆਂ ਉੱਤੇ, ਲਾਇਬ੍ਰੇਰੀ ਆ, ਉਹਦੇ ਵੀ ਤੁਸੀਂ ਜਿੰਨੀਆਂ ਮਰਜ਼ੀ ਰੈਫਰੈਂਸ ਵਾਸਤੇ ਬੁੱਕਸ ਲੈ। APS ਕਾਲਜ ਆਫ ਨਰਸਿੰਗ, ਹੁਣ ਅਸੀਂ ਚੱਲਦੇ ਹਾਂ, ਗੱਲਬਾਤ ਕਰਾਂਗੇ ਹੋਰ ਲੋਕਾਂ ਦੇ ਨਾਲ ਤੇ ਘੁੰਮਾਂਗੇ ਸ਼ਹਿਰ ਸ਼ਾਮ। ਲਓ ਜੀ, ਟਾਈਮ ਆ ਗਿਆ ਖਾਣਾ ਖਾਣ ਦਾ। ਮੈਨੂੰ ਤਾਂ ਲੱਗੀ ਬਹੁਤ ਜ਼ਿਆਦਾ ਭੁੱਖ, ਘਰ ਮੇਰੇ ਪਿੱਛੇ ਹੈ ਸ਼ਾਹਕੋਟ ਮਲਸੀਆ ਰੋਡ ਦੇ ਉੱਤੇ ਬਹੁਤ ਹੀ ਜ਼ਿਆਦਾ ਫੇਮਸ ਗ੍ਰੈਂਡ ਦਾਵਲ ਹੋਟਲ ਤੇ ਰੈਸਟੋਰੈਂਟ। ਅੰਦਰ ਚੱਲਦੇ ਹਾਂ, ਫਟਾਫਟ ਖਾਣਾ ਖਾਂਦੇ ਹਾਂ ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗ ਗਈ ਹੈ। ਐਂਡ ਦੇਖਾਂਗੇ ਅੰਦਰ ਕਿਹੋ ਜਿਹਾ ਮਾਹੌਲ ਹੈ, ਰੂਮਸ ਕਿਹੋ ਜਿਹੇ ਨੇ ਐਂਡ ਸਿਟਿੰਗ ਅਰੇਂਜਮੈਂਟ ਕਿਹੋ ਜਿਹਾ, ਬਹੁਤ ਕੁਝ ਖਾਸ ਹੋਵੇਗਾ ਕਿਉਂਕਿ ਇਹਦਾ ਨਾਮ ਹੀ ਗ੍ਰੈਂਡ ਦਾਵਤ ਹੈ। ਸੋ ਫਟਾਫਟ ਚੱਲਦੇ ਹਾਂ, ਟਰਾਈ ਕਰਦੇ ਹਾਂ ਇੱਥੇ ਦਾ ਜ਼ਾਇਕਾ, ਇੱਥੇ ਦੀ ਡਿਸ਼ਿਸ ਗ੍ਰੈਂਡ ਦਾਵਤ ਦੀਆਂ। ਆਦੋ ਬੱਲੇ ਬੱਲੇ ਮਹਾਰਾਜ, ਮੈਂ ਕਿਹਾ ਤੁਸੀਂ ਕਿੱਥੋਂ ਆ ਗਏ? ਓ ਪ੍ਰਿਆ, ਤੂੰ ਕਿੱਦਾਂ ਇੱਥੇ? ਓ ਮੈਂ ਯਾਰ, ਐਕਚੁਅਲੀ ਮੇਰਾ ਪ੍ਰੋਗਰਾਮ ਹੈ ਸੈਰ ਪੰਜਾਬ ਦੀ। ਅੱਛਾ। ਤੇ ਇਸ ਐਪੀਸੋਡ 'ਚ ਮੈਂ ਸ਼ਾਹਕੋਟ ਦੀ ਸੈਰ ਕਰਨ ਆਈ ਆ। ਅੱਛਾ। ਤੇ ਤੁਸੀਂ ਕਾਫੀ ਪੀਂਦੇ ਪਏ? ਹਾਂਜੀ ਹਾਂਜੀ। ਕਦੇ ਸਾਨੂੰ ਵੀ ਪੁੱਛ ਲਓ। ਆਓ ਆਓ, ਬੈਠੋ ਬੈਠੋ। ਅੱਛਾ, ਮੈਨੂੰ ਇੱਕ ਗੱਲ ਦੱਸ, ਵੀ ਤੂੰ ਇੱਥੇ ਤਾਂ ਖਾਣਾ ਟਰਾਈ ਕੀਤਾ? ਨਹੀਂ ਯਾਰ, ਮੈਂ ਖਾਣਾ ਤਾਂ ਟਰਾਈ ਨਹੀਂ ਕੀਤਾ ਹਲੇ। ਵੀ ਜਿੱਥੇ ਤੱਕ ਮੈਨੂੰ ਯਾਦ ਆ, ਤੂੰ ਪਿਓਰ ਨਾਨ ਵੈਜ ਆ ਤੇ ਮੈਂ ਪਿਓਰ ਵੈਜ ਆ। ਫਿਰ ਇੱਦਾਂ ਕਰਦੇ ਆ, ਮੈਂ ਵੈਜ ਮੰਗਵਾ ਲੈਂਦੀ ਆਪਣੇ ਲਈ ਤੇ ਮੈਂ ਨਾਨ ਵੈਜ ਮੰਗਵਾ ਲੈਂਦੀ। ਆਪਾਂ ਟੇਸਟ ਕਰਕੇ ਵੱਖਰਾ ਵੱਖਰਾ ਟੇਸਟ ਦੱਸਦੇ ਆਪਣੀ ਆਡੀਅੰਸ ਨੂੰ। ਹੁਣ ਮੇਰੀ ਚੀਜ਼ਾਂ ਤਾਂ ਫੇਵਰੇਟ ਸਾਹਮਣੇ ਪਈਆਂ, ਸੋ ਮੈਂ ਦੇਰ ਨਹੀਂ ਕਰਨੀ, ਫਟਾਫਟ ਵੈਜ ਟੇਸਟ ਕਰਨਾ ਹੈ। ਤੇ ਯੈਸ, ਕਵਲ ਵਿਲ ਟੇਸਟ ਫੋਰ ਦ ਨਾਨ ਵੈਜ। ਬਈ ਤੂੰ ਨਾਨ ਵੈਜ ਸ਼ੁਰੂ ਕਰ ਤੇ ਮੈਂ ਵੈਜ ਸ਼ੁਰੂ ਕਰਦੀ ਹਾਂ, ਤਾਂ ਫਟਾਫਟ ਦੱਸ ਦੇਣਾ ਤਾਂ ਜ਼ਾਇਕਾ ਕਿਹੋ ਜਿਹਾ। ਯੈਸ, ਚਲੋ ਜੀ ਇਕੱਠੇ ਖਾਂਦੇ ਹਾਂ। ਬਈ ਬੜਾ ਵਧੀਆ ਲੱਗਦਾ ਨੇ, ਟਾਈਮ ਬਾਅਦ ਫਰੈਂਡਸ ਇਕੱਠੇ ਮਿਲਦੇ ਆ ਔਰ ਯੂ ਨੋ ਨਾਲ ਨਾਲ ਟੇਸਟ ਕਰਦੇ ਆ, ਤਾਂ ਬਹੁਤ ਵਧੀਆ ਲੱਗਦਾ। ਸੌਸ ਲੈਣੀ ਤੂੰ? ਆ ਲਓ ਫੜੋ, ਸੌਸ ਲਓ। ਪਹਿਲਾਂ ਤਾਂ ਅਸੀਂ ਬੜਾ ਲੜਦੇ ਲੁੜਦੇ ਸੀ, ਬਟ ਸਾਡੀ ਯਾਰੀ ਬੜੀ ਪੱਕੀ ਸੀ। ਹੁਣ ਤਾਂ ਇੰਨੇ ਟਾਈਮ ਬਾਅਦ ਮਿਲਿਆ ਤਾਂ ਬਹੁਤ ਹੀ ਵਧੀਆ ਲੱਗ ਰਿਹਾ। ਬਿਲਕੁਲ ਬਿਲਕੁਲ। ਚਲੋ ਜੀ, ਪਹਿਲਾਂ ਤੁਸੀਂ ਖਾਓ ਤਾਂ ਦੱਸੋ ਸਾਡੀ ਆਡੀਅੰਸ ਨੂੰ ਕਿ ਕਿਹੋ ਜਿਹਾ ਨਾਨ ਵੈਜ ਇੱਥੇ। ਟੇਸਟੀ ਟੇਸਟੀ ਹੈ, ਯਮੀ ਹੈ ਯਾਰ। ਮਤਲਬ ਮਸਾਲੇ ਇਹਦੇ ਬਿਲਕੁਲ ਬਹੁਤ ਹੀ ਫਰੈਸ਼ ਲੱਗ ਰਿਹਾ ਬਿਲਕੁਲ, ਔਰ ਬਹੁਤ ਹੀ ਸੌਫਟ ਹੈ। ਓਕੇ। ਮੂੰਹ 'ਚ ਜਾ ਕੇ ਇੱਦਾਂ ਲੱਗ ਰਿਹਾ ਜਿੱਦਾਂ ਬਸ ਖੁੱਲ ਹੀ ਜਾ ਰਿਹਾ ਨਾ, ਬਹੁਤ ਅਮੇਜ਼। ਤੂੰ ਦੱਸ ਕਿੱਦਾਂ ਦਾ ਟੇਸਟ ਲੱਗ ਰਿਹਾ? ਨਹੀਂ, ਮੇਰੇ ਵੈਜ ਤਾਂ ਹਮੇਸ਼ਾ ਬੈਸਟ ਹੀ ਹੁੰਦੇ ਨੇ, ਸੋ ਦਿਸ ਇਜ਼ ਅ ਚੀਜ਼ ਸਟਿੰਗ ਫਿੰਗਰਸ ਦੈਟ ਆਈ ਐਮ ਗੋਇੰਗ ਟੂ ਈਟ। ਵਾਹ ਵੇ ਵਾਹ, ਇੰਨੇ ਕ੍ਰਿਸਪੀ, ਬਹੁਤ ਜ਼ਬਰਦਸਤ, ਔਰ ਚੀਜ਼ ਤਾਂ ਇੰਨਾ ਸੌਫਟ ਹੈ ਨਾ। ਵੈਲ ਫਰੈਂਡਸ, ਤੁਸੀਂ ਦੇਖ ਰਹੇ ਹੋ ਸਾਊਂਡ ਪ੍ਰੂਫ ਰੂਮਸ ਹੈਗੇ ਨੇ ਵਿਦ ਗੁੱਡ ਲਾਈਟ ਅਰੇਂਜਮੈਂਟ,
ਬਹੁਤ ਹੀ ਵਧੀਆ ਅੰਦਰ ਮਾਹੌਲ ਹੈ ਐਂਡ ਯੂ ਕੈਨ ਸੀ ਵੈਲ ਫਰਨਿਸ਼ਡ ਹੈ ਤੁਸੀਂ ਆਸ ਪਾਸ ਦੇਖ ਰਹੇ ਹੋ ਫਲੋਰਿੰਗ ਬਹੁਤ ਵਧੀਆ ਹੈਗੀ ਹੈ ਤੁਹਾਡੇ ਸਾਹਮਣੇ ਬਹੁਤ ਹੀ ਕੰਫਰਟੇਬਲ ਬੈੱਡ ਅਵੇਲੇਬਲ ਹੈ ਐਂਡ ਯੂ ਕੈਨ ਸੀ ਵਿਦ ਲੇਟੈਸਟ ਡਿਜ਼ਾਈਨ ਤੁਹਾਡੇ ਸਾਹਮਣੇ ਰੂਮ ਪ੍ਰਿਪੇਅਰਡ ਹੈ ਤੁਸੀਂ ਫੱਟੇ ਚੱਕੋ ਆਪਣੇ ਨੌਨ ਵੈਜ ਦੇ ਨਾਲ ਹਾਂਜੀ ਜੀ ਬਿਲਕੁਲ ਬਿਲਕੁਲ ਮੇਰਾ ਵੀ ਨੌਨ ਵੈਜ ਆ ਗਿਆ ਅਤੇ ਮੈਂ ਵੀ ਹੁਣ ਜਾ ਰਹੀ ਹਾਂ ਟੇਸਟ ਕਰਨ ਸੋ ਮੇਰੇ ਵੈਜ ਤਾਂ ਟੇਸਟ ਹੀ ਨਹੀਂ ਆ ਸਕਦਾ ਟੇਸਟ ਕਰਕੇ ਦੱਸਦੀ ਹਾਂ ਤੁਹਾਨੂੰ ਟੇਸਟ ਹੀ ਨਹੀਂ ਕਰੋ ਕਰੋ ਬਹੁਤ ਹੀ ਜ਼ਿਆਦਾ ਟੇਸਟੀ ਹੈ ਜਿਹੜੇ ਮੈਨੂੰ ਲੱਗਦਾ ਇੱਥੇ ਦੇ ਮਸਾਲੇ ਨੇ ਉਹ ਸਪੈਸ਼ਲਿਸਟ ਰੈਸਟੋਰੈਂਟ ਦੇ ਹੀ ਨੇ ਹੈ ਨਾ ਲਾਜਵਾਬ ਸਵਾਦ ਹੈ ਹੁਣ ਵੀ ਵੈਜ ਨੇ ਤਾਂ ਫਟੇ ਚੱਕਤੇ ਹੁਣ ਅਸੀਂ ਗੁਆਂਢੀਆਂ ਨੂੰ ਪੁੱਛਦੇ ਹਾਂ ਕਿ ਉਹਨਾਂ ਦਾ ਨੌਨ ਵੈਜ ਕਿਹੋ ਜਿਹਾ ਦੱਸੋ ਬਈ ਬਹੁਤ ਟੇਸਟੀ ਹੈ ਮਾਖੀ ਜੀ ਇਹਨਾਂ ਦਾ ਜਿਹੜਾ ਟੇਸਟ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਇਹਨਾਂ ਦਾ ਜਿਹੜਾ ਜ਼ਾਇਕਾ ਬਹੁਤ ਹੀ ਜ਼ਿਆਦਾ ਵਧੀਆ ਔਰ ਦੋਸਤੋ ਮੈਂ ਤਾਂ ਤੁਹਾਨੂੰ ਇਹੀ ਕਹਾਂਗੀ ਜ਼ਰੂਰ ਇੱਥੇ ਆਓ ਅਤੇ ਚਿਕਨ ਇੱਥੇ ਦਾ ਟਰਾਈ ਕਰੋ ਸੋ ਵੈਸੇ ਮੈਨੂੰ ਪਤਾ ਲੱਗਿਆ ਨਹੀਂ ਕਿ ਦਾਦ ਦੇ ਚਿਕਨ ਇੱਥੇ ਦੀ ਸਪੈਸ਼ਲਿਟੀ ਹੈ ਜਦ ਤੱਕ ਅਸੀਂ ਆਪਣਾ ਖਾਣਾ ਖਤਮ ਕਰਦੇ ਹਾਂ ਤੁਸੀਂ ਲਈ ਛੋਟਾ ਜਿਹਾ ਬ੍ਰੇਕ ਅਸੀਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਵੈਲ ਫਰੈਂਡਸ ਮੇਰੇ ਹੱਥ 'ਚ ਜੋ ਚੀਜ਼ ਹੈ ਦਿਸ ਇਜ਼ ਦ ਮੋਸਟ ਸਪੈਸ਼ਲ ਚੀਜ਼ ਆਫ ਦ ਗ੍ਰੇਟ ਦਾਵਤ ਦਿਸ ਇਜ਼ ਕਾਲਡ ਦ ਫਰਾਈਡ ਆਈਸ ਕ੍ਰੀਮ ਐਂਡ ਆਈ ਹੋਪ ਤੁਸੀਂ ਸੁਣਿਆ ਨਹੀਂ ਹੋਏਗਾ ਕਿਤੇ ਬਟ ਮੈਂ ਸੁਣਿਆ ਵੀ ਇਹ ਦੇਖਿਆ ਵੀ ਅਤੇ ਖਾਣ ਵੀ ਲੱਗੀ ਹਾਂ ਸੋ ਦਿਸ ਇਜ਼ ਵਨ ਆਫ ਦ ਅਮੇਜ਼ਿੰਗ ਆਈਟਮਸ ਆਊਟ ਹੇਅਰ ਇਨ ਦ ਸਵੀਟ ਡਿਸ਼ਿਸ सेहत है तो जिंदगी है और जब सेहत की बात होगी तो पुखराज एलोवेरा से शुरुआत होगी जो न केवल आपको बीमारियों से बचाए बल्कि स्वस्थ और खूबसूरत भी बनाए पुखराज जिंदगी की भागदौड़ से कभी थकावट ना हो जिम्मेदारियों और आशाओं से कभी तनाव ना हो इसीलिए रोज पीजिए पुखराज नोनी जूस ये शरीर से टॉक्सिन साफ कर आपको भरपूर ऊर्जा देता है जिससे आपको मिलती है तन की शक्ति और मन की शांति पुखराज नोनी जूस ताकत शुद्धता की सेहत है तो जिंदगी है और जब सेहत की बात होगी तो पुखराज एलोवेरा से शुरुआत होगी जो न केवल आपको बीमारियों से बचाए बल्कि स्वस्थ और खूबसूरत भी बनाए पुखराज ਸ਼ਾਹਕੋਟ ਸ਼ਹਿਰ ਵਿੱਚ ਹੁਣ ਟਾਈਮ ਆ ਗਿਆ ਸਵਰਨ ਤੇ ਨਿਖਰਨ ਦਾ ਸੋ ਹੁਣ ਮੈਂ ਤੁਹਾਨੂੰ ਲੈ ਕੇ ਆਈ ਹਾਂ ਕਿਊਟ ਸਕੈਟਸ ਸਪਾ ਸਲੂਨ ਤੇ ਬਿਊਟੀ ਅਕੈਡਮੀ ਦੇ ਵਿੱਚ ਜਿੱਥੇ ਤੁਹਾਨੂੰ ਦੱਸਿਆ ਜਾਏਗਾ ਕਿ ਆਪਣੇ ਆਪ ਨੂੰ ਹੋਰ ਕਿਵੇਂ ਨਿਖਾਰਿਆ ਜਾਏ ਕਿਉਂਕਿ ਇੱਕ ਅਕੈਡਮੀ ਹੈ ਤੇ ਸਟੂਡੈਂਟਸ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਨੂੰ ਅੰਦਰ ਜਾ ਕੇ ਪਤਾ ਲੱਗਣਗੀਆਂ ਤੇ ਮੈਂ ਤਾਂ ਆਪਣਾ ਰੂਪ ਨਿਖਾਰਨ ਵਾਲੀ ਹਾਂ ਸੋ ਤੁਸੀਂ ਕਦ ਲਈ ਵੇਟ ਕਰਨੀ ਤੁਸੀਂ ਫਟਾਫਟ ਮੇਰੇ ਨਾਲ ਆਓ ਤੇ ਅਸੀਂ ਟਰਾਈ ਕਰਦੇ ਹਾਂ ਕਿਊਟ ਸਕੈਟਸ ਸਪਾ ਸਲੂਨ ਤੇ ਬਿਊਟੀ ਅਕੈਡਮੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਮੇਰਾ ਨਾਮ ਕਿਰਨਦੀਪ ਕੌਰ ਓਕੇ ਕਿਰਨ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਏ ਹੋਏ ਨੂੰ ਮੈਨੂੰ 1 ਈਅਰ ਹੋ ਗਿਆ ਅੱਛਾ ਅਤੇ ਤੁਹਾਨੂੰ ਕਿਹੋ ਜਿਹੀ ਇੰਪਰੂਵਮੈਂਟ ਆਪਣੇ ਆਪ 'ਚ ਲੱਗੀ ਇਟਸ ਵੈਰੀ ਨਾਈਸ ਬਿਕੋਜ਼ ਜਦੋਂ ਅਸੀਂ ਇੱਥੇ ਆਏ ਸੀ ਸਾਨੂੰ ਕੁਛ ਨਹੀਂ ਸੀ ਪਤਾ ਨਾ ਹੇਅਰਸ ਦਾ ਨਾ ਬਿਊਟੀ ਦਾ ਨਾ ਸਕਿਨ ਬਾਰੇ ਬਿਕੋਜ਼ ਹੁਣ ਇੱਥੇ ਆਣ ਕੇ ਕਾਫੀ ਜ਼ਿਆਦਾ ਨਾਈਸ ਲੱਗਦਾ ਐਂਡ ਕਾਫੀ ਜ਼ਿਆਦਾ ਸਾਨੂੰ ਨੌਲੇਜ ਮਿਲਦੀ ਹੈ ਇੱਥੋਂ ਅਤੇ ਹੁਣ ਜਿਹੜਾ ਤੁਸੀਂ ਇੱਥੇ ਪ੍ਰੋਸੀਜਰ ਕਰਦੇ ਹੋ ਤੁਹਾਨੂੰ ਜਿਹੋ ਜਿਹੇ ਕਲਾਇੰਟਸ ਮਿਲਦੇ ਨੇ ਕਿਹੜੀ ਮੇਨ ਪ੍ਰੋਬਲਮ ਆਉਂਦੀ ਹੈ ਹੇਅਰਸ ਦੇ ਵਿੱਚ ਬਿਕੋਜ਼ ਕਾਫੀ ਸਾਰੀਆਂ ਪ੍ਰੋਬਲਮਸ ਪਹਿਲਾਂ ਆਉਂਦੀਆਂ ਸੀ ਬਿਕੋਜ਼ ਹੁਣ ਸਾਰੀਆਂ ਹੈਂਡਲ ਕਰ ਲਈਦੀਆਂ ਆ ਹੁਣ ਇੱਥੇ ਤੁਹਾਨੂੰ ਮਿਲਦਾ ਬੋਡੀ ਮਸਾਜ ਜੋ ਕਿ ਸਾਰਿਆਂ ਨੂੰ ਬਹੁਤ ਪਸੰਦ ਹੈ ਮਸਾਜ ਇੱਕ ਇਹੋ ਜਿਹਾ ਤਰੀਕਾ ਹੈ ਨਾ ਜਿਹਦੇ ਨਾਲ ਤੁਹਾਡੀ ਰਿਲੈਕਸੇਸ਼ਨ ਵਧੀਆ ਤਰੀਕੇ ਨਾਲ ਤੁਹਾਨੂੰ ਮਿਲ ਸਕਦੀ ਹੈ ਐਂਡ ਤੁਹਾਡੀ ਸਾਰੇ ਟਾਈਮ ਦੀ ਥਕਾਨ ਦੂਰ ਹੋ ਜਾਂਦੀ ਹੈ ਐਂਡ ਫਾਈਨਲੀ ਜਦੋਂ ਤੁਹਾਨੂੰ ਬੋਡੀ ਮਸਾਜ ਮਿਲ ਜਾਂਦਾ ਹੈ ਐਂਡ ਦੈਨ ਵਾਟ ਵੀ ਹੈਵ ਹੇਅਰ ਇਜ਼ ਦ ਸਟੀਮ ਬਾਥ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਮੈਮ ਤੁਹਾਡਾ ਨਾਮ ਮੇਰਾ ਨਾਮ ਰਾਜਪ੍ਰੀਤ ਹੈ ਰਾਜ ਤੁਸੀਂ ਦੱਸੋ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ ਮੈਂ ਇੱਥੋਂ 5 ਸਾਲ ਤੋਂ ਆ ਰਹੀ ਹਾਂ ਓਕੇ ਅਤੇ ਤੁਹਾਨੂੰ ਇੱਥੇ ਦੀ ਸਰਵਿਸਿਜ਼ ਕਿਹੋ ਜਿਹੀਆਂ ਲੱਗੀਆਂ ਇੱਥੇ ਸਰਵਿਸਿਜ਼ ਬਹੁਤ ਵਧੀਆ ਨੇ ਔਰ ਜੋ ਵੀ ਸਟਾਫ ਹੈ ਔਰ ਇੱਥੋਂ ਦੇ ਓਨਰ ਨੇ ਬਹੁਤ ਹੀ ਵਧੀਆ ਹੈ ਔਰ ਉਹਨਾਂ ਦਾ ਬਿਹੇਵੀਅਰ ਐਜ਼ ਅ ਫਰੈਂਡਲੀ ਹੈ ਔਰ ਮੈਂ ਜਦੋਂ ਵੀ ਇੱਥੇ ਕੋਈ ਵੈਡਿੰਗ ਹੁੰਦੀ ਹੈ ਜਾਂ ਫਿਰ ਪਾਰਟੀ ਮੇਕਅਪ ਮੈਂ ਹਮੇਸ਼ਾ ਇੱਥੋਂ ਲੈਂਦੀ ਔਰ ਮੈਂ ਬਹੁਤ ਹੀ ਐਜ਼ ਅ ਕਸਟਮਰ ਮੈਂ ਬਹੁਤ ਹੈਪੀ ਹਾਂ
ਵੈਲ ਫਰੈਂਡਸ, ਨਾਓ ਯੂ ਕੈਨ ਸੀ ਕਿ ਮੈਂ ਵੀ ਆਪਣੇ ਲੁੱਕਸ ਚੇਂਜ ਕਰਾ ਰਹੀ ਹਾਂ, ਆਈ ਐਮ ਗੈਟਿੰਗ ਅ ਨਿਊ ਲੁੱਕ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਇੱਥੇ ਆਉਣ ਤੋਂ ਬਾਅਦ ਈਵਨ ਆਈ ਵਿਲ ਗੋ ਲਾਈਕ ਅੰਡਰਗੋ ਸਮ ਨਿਊ ਲੁੱਕ ਚੇਂਜਸ, ਸੋ ਹੁਣ ਜਦੋਂ ਬਾਹਰ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਮਾਈ ਨਿਊ ਲੁੱਕਸ ਦੈਟ ਆਈਵ ਗੋਟ ਟੂ ਹੈਵ ਹੀਅਰ, ਸੋ ਕਾਫੀ ਅੱਛਾ ਲੱਗ ਰਿਹਾ ਐਂਡ ਦੇ ਡੂਇੰਗ ਇਟ ਵੈਰੀ ਸਮੂਥਲੀ ਐਂਡ ਆਈ ਐਮ ਇੰਜੋਇੰਗ ਇਟ. ਵੈਲ ਕਿਊਟ ਕੱਟ ਬਿਊਟੀ ਸਲੂਨ ਦੇ ਓਨਰ ਮੇਰੇ ਨਾਲ ਹੈ ਜੋ ਕਿ ਮਿਸਟਰ ਗੌਤਮ ਧਵਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਲੈਣ ਇਨਫੋਰਮੇਸ਼ਨ ਉਹਨਾਂ ਦੇ ਅਕੈਡਮੀ ਅਤੇ ਸਲੂਨ ਦੋਨਾਂ ਦੇ ਬਾਰੇ. ਸਤਿ ਸ਼੍ਰੀ ਅਕਾਲ ਸਰ. ਸਤਿ ਸ਼੍ਰੀ ਅਕਾਲ ਜੀ. ਸਰ, ਅਕੈਡਮੀ ਅਤੇ ਸਲੂਨ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਅਤੇ ਕਿਸ ਮਕਸਦ ਨਾਲ? ਮੈਮ, ਸਾਨੂੰ ਚਾਰ ਤੋਂ ਪੰਜ ਸਾਲ ਹੋ ਗਏ ਆ ਇਸ ਸਲੂਨ ਨੂੰ ਸ਼ੁਰੂ ਕੀਤੇ ਹੋਏ, ਬਸ ਹਾਲ ਨੀਅਰਲੀ ਇੱਕ ਸਾਲ ਹੀ ਹੋਇਆ ਵਾ ਵੀ ਸਾਨੂੰ ਇੱਥੇ ਸ਼ਿਫਟਿੰਗ ਕੀਤੇ ਨੂੰ, ਬਿਕੋਜ਼ ਪਹਿਲੇ ਸਲੂਨ ਸਾਡਾ ਛੋਟਾ ਸੀਗਾ, ਬਟ ਹੁਣ ਅਸੀਂ ਇੱਥੇ ਥੋੜ੍ਹੀ ਜਿਹੀ ਸਪੇਸ ਵਧਾਈ ਆ ਕਿਉਂਕਿ ਕਲਾਇੰਟ ਇਸ ਥੋੜ੍ਹੀ ਜਿਹੀ ਵਾਕਿੰਗ ਜ਼ਿਆਦਾ ਹੋ ਗਈ, ਉਹਦੇ ਅਕੋਰਡਿੰਗ ਵਧਾਈ ਕਿਉਂਕਿ ਜੋ ਸ਼ਹਿਰ ਦਾ ਪਿਆਰ ਮਿਲਿਆ, ਜੋ ਆਸ ਪਾਸ ਦੇ ਸਾਰਿਆਂ ਦਾ ਕਲਾਇੰਟੇਜ ਮਿਲੀ, ਉਹਦੇ ਅਕੋਰਡਿੰਗ ਅਸੀਂ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਸੈਟਲ ਕੀਤਾ. ਪ੍ਰੈਜੈਂਟਲੀ ਹੁਣ ਜਿਹੜੀ ਫੈਸਿਲਿਟੀਜ਼ ਤੁਸੀਂ ਕਲਾਇੰਟਸ ਨੂੰ ਪ੍ਰੋਵਾਈਡ ਕਰ ਰਹੇ ਹੋ ਉਹਨਾਂ ਬਾਰੇ ਕੁਛ ਦੱਸੋ. ਮੈਮ, ਫੈਸਿਲਿਟੀਜ਼ ਜੋ ਅੱਜ ਕੱਲ੍ਹ ਸਲੋਨਸ ਵਿੱਚ ਚੱਲ ਰਹੀਆਂ, ਆਲ ਓਵਰ ਸਾਰਾ ਕੁਛ ਹੈਗਾ ਇੱਥੇ, ਅਕੈਡਮੀ ਹੈ, ਠੀਕ ਹੈ, ਔਰ ਉਸ ਤੋਂ ਬਾਅਦ ਵੀ ਜਿਹੜੇ ਹੇਅਰਸ ਵਿੱਚ ਹੈਗਾ ਸਾਡੇ ਕੋਲ ਸਕਿਨ ਦਾ ਹੈਗਾ ਆ, ਔਰ ਪਲੱਸ ਬਾਡੀ ਸਪਾ ਆ, ਹੇਅਰ ਸਪਾ ਆ, ਐਂਡ ਬਾਕੀ ਮੇਕਅਪ ਵਿੱਚ ਹੈਗੇ ਆ, ਕੋਕਟੇਲ ਪਾਰਟੀ ਦਾ ਮੇਕਅਪ ਹੋ ਗਿਆ, ਔਰ ਪਲੱਸ ਇੰਗੇਜਮੈਂਟ ਮੇਕਅਪ, ਬ੍ਰਾਈਡਲ ਮੇਕਅਪ. ਸੋ ਅਕੈਡਮੀ ਵਿੱਚ ਸਟੂਡੈਂਟਸ ਨੂੰ ਕਿਹੋ ਜਿਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ? ਅਕੈਡਮੀ ਵਿੱਚ ਮੈਮ ਸਾਡਾ ਮੇਨਲੀ ਫੋਕਸ ਰਹਿੰਦਾ, ਸਾਡੇ ਕੋਲ ਕੋਈ ਅਸੀਂ ਚਾਰਜਿਸ ਵੀ ਵੈਸੇ ਲਿਮਿਟਡ ਜੇ ਰੱਖੇ ਹੋ, ਜਿਹੜਾ ਸਾਡੇ ਕੋਲ ਸਟੂਡੈਂਟ ਆਵੇ ਉਹ ਕੁਛ ਬਣ ਕੇ ਕੁਛ ਸਿੱਖ ਕੇ ਜਾਵੇ. ਹੁਣ ਸਰ, ਤੁਸੀਂ ਇੰਨਾ ਸਕਸੈਸ ਬਹੁਤ ਘੱਟ ਟਾਈਮ ਦੇ ਵਿੱਚ ਕਰ ਲਿਆ ਅਰਨ, ਅਤੇ ਹੁਣ ਤੁਸੀਂ ਇਹਨੂੰ ਲੈ ਕੇ ਫਿਊਚਰ ਪਲਾਨਸ ਕੀ ਡਿਸਾਈਡ ਕੀਤੇ? ਫਿਊਚਰ ਪਲਾਨ ਮੈਮ ਇਹੀ ਹੈ ਬਸ ਕਿ ਬਹੁਤ ਅੱਛਾ ਮੇਕਅਪ ਆਰਟਿਸਟ ਬਣਾ, ਔਰ ਪਲੱਸ ਮੈਂ ਆਪਣੇ ਇਸ ਸਲੋਨ ਦੀ ਚੇਨ ਬਣਾਵਾਂ ਵੱਖ ਵੱਖ ਸ਼ਹਿਰਾਂ ਵਿੱਚ. ਸਟੂਡੈਂਟ ਨੂੰ ਇੱਥੇ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਇੱਥੇ ਅਸੀਂ ਰਜਿਸਟਰਡ ਕਰਵਾਇਆ ਹੋਇਆ ਆਪਣਾ ਸਲੋਨ, ਔਰ ਪਲੱਸ ISO ਸਰਟੀਫਾਈਡ ਕਰਵਾਇਆ ਹੋਇਆ, ਜਿਹਦੇ ਨਾਲ ਕਿ ਉਹਨਾਂ ਨੂੰ ਬਾਹਰ ਜਾ ਕੇ ਵੀ ਕਿਸੇ ਸਲੋਨ 'ਚ ਉਹਨਾਂ ਨੇ ਜੋਬ ਕਰਨੀ ਹੈ ਅਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ. ਅਸੀਂ ਸਦਾਨਾ ਹਾਸਪਿਟਲ ਦੇ ਵਿੱਚ ਕਾਫੀ ਕੁਛ ਸੁਣਨ 'ਚ ਆਇਆ, ਬਹੁਤ ਵਧੀਆ ਹੈ. ਸੋ ਹਾਸਪਿਟਲ ਦੇ ਵਿੱਚ ਕੀ ਕੁਛ ਹੁੰਦਾ, ਕਿਹੋ ਜਿਹੀ ਫੈਸਿਲਿਟੀਜ਼ ਆ, ਜੋ ਸਟਾਫ ਹੈ, ਸਭ ਕੁਛ ਮੈਂ ਤੁਹਾਨੂੰ ਦੱਸਾਂਗੀ, ਪਰ ਦੱਸਣਾ ਨਹੀਂ ਦਿਖਾਉਣਾ, ਪਰ ਅਸੀਂ ਇਹਨਾਂ ਚੱਲਦੇ ਹਾਂ ਅਤੇ ਦੇਖਦੇ ਹਾਂ ਸਦਾਨਾ ਹਾਸਪਿਟਲ ਨੂੰ. ਲਓ ਜੀ, ਤੁਸੀਂ ਦੇਖ ਰਹੇ ਹੋ ਮੈਨੂੰ ਪੂਰਾ ਯੂਜ਼ ਕੀਤਾ ਜਾ ਰਿਹਾ ਐਜ਼ ਅ ਪੇਸ਼ੈਂਟ, ਅਤੇ ਜਿਵੇਂ ਪੇਸ਼ੈਂਟ ਦਾ ਐਕਸਰੇ ਲਿੱਤਾ ਜਾਂਦਾ, ਤੁਹਾਡੇ ਸਾਹਮਣੇ ਮੇਰੇ ਦੇਖ ਸਕਦੇ ਹੋ ਮਸ਼ੀਨ ਹੈਗੀ ਹੈ ਜਿਹਦੇ ਥਰੂ ਕਲਿੱਕ ਹੋਏਗਾ ਐਂਡ ਬੋਡੀ ਦੇ ਕਿਸੇ ਵੀ ਪਾਰਟ ਦਾ ਐਕਸਰੇ ਲੈ ਸਕਦੇ ਹਾਂ, ਕਿਉਂਕਿ ਸਾਨੂੰ ਜੇ ਇੱਦਾਂ ਡਾਕਟਰ ਦੇ ਨਾਲ ਟ੍ਰੀਟਮੈਂਟ ਕਰਨ 'ਤੇ ਨਹੀਂ ਪਤਾ ਲੱਗਦਾ ਕਿ ਕੀ ਪ੍ਰੋਬਲਮ ਹੈ. ਸੋ ਇਸ ਮਸ਼ੀਨ ਦੇ ਥਰੂ, ਲਾਈਟਸ ਦੇ ਥਰੂ ਤੁਹਾਡੇ ਇੰਟਰਨਲ ਬੋਡੀ ਤੱਕ ਐਕਸਰੇ ਲਿੱਤਾ ਜਾਂਦਾ ਹੈ, ਜਿਹਦੀ ਪਿਕਚਰ ਤੁਹਾਨੂੰ ਇੱਕ ਬਲੈਕ ਸ਼ੀਟ ਦੇ ਉੱਤੇ ਮਿਲਦੀ ਹੈ ਐਂਡ ਉਹਦੇ ਥਰੂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਕਿਸ ਪਾਰਟ ਵਿੱਚ ਕਿਹੜੀ ਪ੍ਰੋਬਲਮ ਹੈਗੀ ਹੈ. ਸੋ ਤੁਸੀਂ ਦੇਖ ਸਕਦੇ ਹੋ ਮੈਨੂੰ ਮੇਰਾ ਐਕਸਰੇ ਲਿੱਤਾ ਜਾ ਰਿਹਾ ਐਂਡ ਦੂਸਰੀ ਸਾਈਡ ਤੋਂ ਕਲਿੱਕ ਹੋਏਗੀ ਇਮੇਜ ਐਂਡ ਮੇਰੀ ਇਸ ਬੋਡੀ ਦਾ ਐਕਸਰੇ ਲਿੱਤਾ ਜਾਏਗਾ. ਹੋ ਗਿਆ? ਲਓ ਜੀ, ਇਹਨਾਂ ਦਾ ਕੰਮ ਸੀਗਾ, ਐਕਸਰੇ ਹੋ ਗਿਆ, ਹੁਣ ਮੇਰੀ ਐਕਸਰੇ ਰਿਪੋਰਟ ਆ ਜਾਏਗੀ ਐਂਡ ਜੇ ਮੇਰੇ 'ਚ ਕੋਈ ਨੁਕਸ ਹੋਇਆ, ਕੋਈ ਪ੍ਰੋਬਲਮ ਹੋਈ ਤਾਂ ਉਹ ਬੜੇ ਆਸਾਨੀ ਨਾਲ ਡਿਪਿਕਟ ਕੀਤੀ ਜਾ ਸਕਦੀ ਹੈ. ਲਓ ਜੀ ਦੋਸਤੋ, ਇਸ ਟਾਈਮ ਮੈਂ ਤੁਹਾਨੂੰ ਲੈ ਕੇ ਆਈ ਹਾਂ ECG ਰੂਮ ਦੇ ਵਿੱਚ. ECG ਰੂਮ ਬੇਸਿਕਲੀ ਹੁੰਦਾ ਤੁਹਾਡੀ ਹਾਰਟ ਬੀਟ ਦਾ ਰੇਟ ਚੈੱਕ ਕਰਨ ਲਈ, ਪਲਸ ਅਪ ਡਾਊਨ ਹੈ ਜਾਂ ਕੋਈ ਵੀ ਡਿਸਆਰਡਰ ਜੋ ਤੁਹਾਡੇ ਕਾਰਡੀਐਕ ਸਿਸਟਮ ਤੋਂ ਰਿਲੇਟਡ ਹੁੰਦਾ. ਕਾਰਡੀਐਕ ਸਿਸਟਮ ਮਤਲਬ ਹਾਰਟ ਤੋਂ ਰਿਲੇਟਡ ਸਿਸਟਮ. ਹੁਣ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਸੈਟਅਪ ਜੋ ECG ਦਾ ਕੀਤਾ ਹੋਇਆ, ਤੁਹਾਡੀ ਚੈਸਟ ਅਤੇ ਬੋਡੀ ਪਾਰਟ ਜਿੱਥੇ ਤੁਹਾਨੂੰ ਪਲਸ ਰੇਟ ਫੀਲ ਹੁੰਦਾ ਉੱਥੇ ਚੀਜ਼ਾਂ ਲਗਾਈਆਂ ਜਾਂਦੀਆਂ ਨੇ. ECG ਕੰਪਲੀਟ ਨੋਟ ਕੀਤੀ ਜਾਂਦੀ ਹੈ ਅਤੇ ਡਾਕਟਰ ਦੇ ਥਰੂ ਸਟੱਡੀ ਕਰਕੇ ਪਤਾ ਲੱਗਦਾ ਕਿ ਕਿਹੜਾ ਡਿਫੈਕਟ ਹੈ. ਲਓ ਜੀ, ਇੱਥੇ ਕਾਫੀ ਕੁਛ ਦਿੱਤਾ ਹੋਇਆ ਜਿਹਨੂੰ ਤੁਸੀਂ ਦੇਖ ਸਕਦੇ ਹੋ ਵੀ ਸਾਹ ਲੈਣ ਦੇ ਕਈ ਤਰੀਕੇ ਦੱਸੇ ਹੋਏ ਹੈ ਅਤੇ ਫਿਰ ਇਹ ਦੱਸਿਆ ਕਿ ਤੁਹਾਨੂੰ ਖਾਂਸੀ ਕਿਸ ਤਰੀਕੇ ਨਾਲ ਆਈਏ, ਉਹ ਬਹੁਤ ਚੀਜ਼ਾਂ ਨੇ. ਵੈਲ, ਹੋਸਪਿਟਲ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਚੀਜ਼ਾਂ ਦੱਸਦਾ ਕਿ ਕਿਵੇਂ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ. ਹੁਣ ਤੁਹਾਨੂੰ ਸਭ ਤੋਂ ਬੈਸਟ ਟਿਪ ਜਿਹੜੀ ਮੈਂ ਦੇਵਾਂਗੀ, ਪਲੀਜ਼ ਕਦੇ ਸਮੋਕ ਨਾ ਕਰਨਾ, ਨਾ ਕਦੇ ਡਰਿੰਕ ਕਰੋ, ਬਿਕੋਜ਼ ਇਹ ਤੁਹਾਡੇ ਲਈ ਬਹੁਤ ਹਾਰਮਫੁਲ ਹੈ. ਹੋਸਪਿਟਲ ਤੁਹਾਨੂੰ ਹਮੇਸ਼ਾ ਸਹੀ ਰੱਖਣ ਲਈ ਹੈਗਾ ਕਿ ਤੁਹਾਨੂੰ ਵਧੀਆ ਟ੍ਰੀਟਮੈਂਟ ਦੇਵੇ, ਤੁਹਾਡੀ ਸਿਹਤ ਠੀਕ ਰੱਖੇ, ਬਟ ਕੁਛ ਵੀ ਇਹੋ ਜਿਹੀ ਚੀਜ਼ਾਂ ਨਾ ਕਰੋ ਜੋ ਤੁਹਾਡੀ ਸਿਹਤ ਨੂੰ ਖਰਾਬ ਕਰੇ ਅਤੇ ਤੁਸੀਂ ਤੁਹਾਡੀ ਤਬੀਅਤ ਖਰਾਬ ਹੋ ਜਾਵੇ.
ਇਹ ਸੀ ਹੋਸਪਿਟਲ ਦਾ ਸਫ਼ਰ ਜਿੱਥੇ ਸਾਨੂੰ ਪਤਾ ਲੱਗਿਆ ਕਿ ਸਾਨੂੰ ਆਪਣੀ ਹੈਲਥ ਕਿਹੋ ਜਿਹੀ ਵਧੀਆ ਤਰੀਕੇ ਨਾਲ ਠੀਕ ਰੱਖਣੀ ਚਾਹੀਦੀ ਹੈ। ਤੁਸੀਂ ਆਪ ਵੀ ਠੀਕ ਰਹੋ ਅਤੇ ਬਾਕੀ ਸਾਰਿਆਂ ਨੂੰ ਠੀਕ ਰੱਖਣ ਦੇ ਤਰੀਕੇ ਇੱਕ ਦੂਸਰੇ ਨੂੰ ਦੱਸਦੇ ਰਹੋ। ਇਹ ਤਾਂ ਸਫ਼ਰ ਸੀ ਹੋਸਪਿਟਲ ਦਾ, ਹੁਣ ਅਸੀਂ ਚੱਲਦੇ ਹਾਂ ਨੈਕਸਟ ਥਾਂ 'ਤੇ, ਐਕਸਪਲੋਰ ਕਰਦੇ ਹੋਰ ਕੀ ਕੁਛ ਖਾਸ ਹੈ ਸ਼ਹਿਰ ਸ਼ਾਹਕੋਟ ਦੇ ਵਿੱਚ। ਸੋਰੀ, ਮੈਂ ਤੁਹਾਨੂੰ ਦੱਸਣਾ ਸੀ, ਮੈਂ ਤੁਹਾਨੂੰ ਲੈ ਕੇ ਆਈ ਹਾਂ ਵਾਲਮੀਕੀ ਚੌਂਕ ਦੇ ਵਿੱਚ, ਮੇਨ ਬਾਜ਼ਾਰ ਜਿੱਥੇ ਹੈ ਪੂਰੀ ਕਲੋਥ ਹਾਊਸ। ਪੂਰੀ ਕਲੋਥ ਹਾਊਸ ਬਹੁਤ ਜ਼ਿਆਦਾ ਫੇਮਸ ਹੈ, ਐਂਡ ਜਿਵੇਂ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸੋਹਣੀ ਸੋਹਣੀ ਡਰੈਸਿਸ ਡਮੀਸ ਅਤੇ ਡਿਸਪਲੇਸ ਹੈਗੀਆਂ, ਕਿਉਂਕਿ ਇੱਥੇ ਬਹੁਤ ਵਰਾਇਟੀ ਹੈ ਕੱਪੜੇ ਦੇ ਵਿੱਚ, ਤੁਹਾਨੂੰ ਹਰ ਵਰਾਇਟੀ ਮਿਲੇਗੀ। ਸੋ ਕਿਹੜੀ ਵਰਾਇਟੀ ਮਿਲਣੀ ਹੈ ਇਧਰ? ਇਟ ਵੀ ਲਹਿੰਗਾ, ਸੂਟ, ਸਾੜੀ, ਜੋ ਵੀ ਚਾਹੀਦਾ, ਈਵਨ ਜੈਂਟਸ ਵੇਅਰ ਵੀ ਇੱਥੇ ਹੈ। ਸੋ ਬਹੁਤ ਵਰਾਇਟੀ ਹੈ। ਲਓ ਜੀ, ਇਹ ਸੀ ਜੈਂਟਸ ਸੈਕਸ਼ਨ ਜਿੱਥੇ ਮੈਂ ਤੁਹਾਨੂੰ ਲੈ ਕੇ ਗਈ ਦਿਖਾਏ। ਬਹੁਤ ਵਧੀਆ ਵਧੀਆ ਬ੍ਰਾਂਡਸ ਦੇ ਕੱਪੜੇ ਅਵੇਲੇਬਲ ਸੀ, ਦਸਤਾਰ ਹੋਵੇ, ਕੋਟ ਪੈਂਟ ਹੋਵੇ ਜਾਂ ਹੋਰ ਕੋਈ ਵਰਾਇਟੀ ਜੋ ਮੈਨਸ ਵੇਅਰ ਦੇ ਵਿੱਚ ਹੁੰਦੀ ਹੈ, ਤੁਹਾਨੂੰ ਸਾਰੀ ਮਿਲੇਗੀ। ਔਰ ਬਹੁਤ ਹੀ ਵਧੀਆ ਕੁਆਲਿਟੀ ਦਾ ਫਾਈਬਰ ਵਰਕ ਮਿਲਿਆ ਤੁਹਾਨੂੰ, ਬਹੁਤ ਹੀ ਵਧੀਆ ਸਟੱਫ ਹੈ ਕਲੋਥ ਦਾ। ਸੋ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਆ ਕੇ ਜਿਹੜੀ ਮਰਜ਼ੀ ਵਰਾਇਟੀ ਚਾਹੁੰਦੇ ਹੋ ਟਰਾਈ ਕਰ ਸਕਦੇ ਹੋ। Well friends, you can see now I'm dressed up as a bride in this beautiful heavy red lehenga, and I know any girl who's watching this would love to wear it because mainu paya bahut sona lag raha hai, and you can see bahut hi heavy embroidered work hai, and yes, the combination of golden and red is so much in trend nowadays. If you wear this, so I'm sure ethe is type de hor bahut zyada lehenge ne which we'll be showing you next, but ਇਹ ਵਾਲਾ ਪਾ ਕੇ ਬਹੁਤ ਵਧੀਆ ਫੀਲ ਹੋ ਰਿਹਾ, ਐਂਡ ਆਈ ਐਮ ਸ਼ੋਰ ਐਵਰੀਬਡੀ ਐਂਡ ਸਪੈਸ਼ਲੀ ਇਨ ਗਰਲਸ ਵੁੱਡ ਲਵ ਟੂ ਵੇਅਰ ਇਟ। ਹਰ ਇੱਕ ਦੀ ਵਿਸ਼ ਹੋਏਗੀ ਕਿ ਕਾਸ਼ ਅਸੀਂ ਵੀ ਆਪਣੇ ਵਿਆਹ 'ਤੇ ਇੱਦਾਂ ਹੀ ਲਹਿੰਗਾ ਪਾਈਏ। ਲਓ ਜੀ, ਡਰੈਸ ਤਾਂ ਮੈਨੂੰ ਜੱਚ ਗਈ, ਅਤੇ ਡਰੈਸ ਦੇ ਨਾਲ ਮੈਨੂੰ ਇੱਕੋ ਹੀ ਗਾਣਾ ਯਾਦ ਆਉਂਦਾ, ਕਿਹੜਾ ਵਾਲਾ? ਉਹ ਕਾਲਾ ਡੋਰੀਆ ਕੁੰਡੀ ਨਾਲ ਲੜੇ ਆਈ ਹੋਏ, ਛੋਟੇ ਦੇਵਰਾ ਭਾਬੀ ਨਾਲ ਲੜੇ ਆਈ ਹੋਏ। ਵੀ ਲੜਾਈ ਤਾਂ ਕਿਸੇ ਦੀ ਨਹੀਂ ਹੋਈ, ਬਟ ਯੈਸ, ਵੀ ਹੈਵ ਐਨ ਅਪਕਮਿੰਗ ਓਕੇਸ਼ਨ ਦੈਟ ਇਜ਼ ਐਗਜੈਕਟਲੀ ਕ੍ਰਿਸਮਸ ਐਂਡ ਹੈਪੀ ਨਿਊ ਈਅਰ। ਸੋ ਵੀ ਵਿਸ਼ ਯੂ ਆਲ ਇਨ ਐਡਵਾਂਸ ਅ ਵੈਰੀ ਹੈਪੀ ਕ੍ਰਿਸਮਸ ਐਂਡ ਅ ਹੈਪੀ ਨਿਊ ਈਅਰ। ਕਿਉਂਕਿ ਤੁਹਾਨੂੰ ਮੈਂ ਸਿਰਫ ਲਹਿੰਗੇ ਦੀ ਵਰਾਇਟੀ ਦਿਖਾਈ ਹੈ, ਅਤੇ ਸੂਟ ਅਤੇ ਸਾੜੀਜ਼ ਦੀ ਵੀ ਬਹੁਤ ਜ਼ਿਆਦਾ ਵਰਾਇਟੀ ਹੈ, ਐਂਡ ਜਿਹਨੂੰ ਪਾ ਕੇ ਇੰਨੀ ਖੁਸ਼ੀ ਮਿਲਦੀ ਹੈ ਉਹਨੂੰ ਦੇਖ ਕੇ ਕਿੰਨੀ ਖੁਸ਼ੀ ਮਿਲਦੀ ਹੋਏਗੀ। ਸੋ ਤੁਸੀਂ ਦੇਖੋ ਵੀ ਅਤੇ ਟਰਾਈ ਵੀ ਕਰੋ, ਜਦੋਂ ਵੀ ਤੁਸੀਂ ਸ਼ਹਿਰ ਸ਼ਾਹਕੋਟ ਆਓ ਤੁਸੀਂ ਪੂਰੀ ਕਲੋਥ ਹਾਊਸ ਜ਼ਰੂਰ ਟਰਾਈ ਕਰੋ। ਦੋਸਤੋ, ਤੁਸੀਂ ਜਿਵੇਂ ਦੇਖ ਰਹੇ ਹੋ ਮੈਂ ਇੱਥੇ ਦੀ ਬਹੁਤ ਪਿਆਰੀ ਇੱਕ ਸਾੜੀ ਪਾਈ ਹੋਈ ਹੈ, ਜਿਹਦਾ ਕੰਬੀਨੇਸ਼ਨ ਬਲੈਕ ਅਤੇ ਰੈੱਡ ਔਰ ਬਹੁਤ ਪਿਆਰੀ ਸੂਟ ਕਰ ਰਹੀ ਹੈ। ਇਸੇ ਤਰ੍ਹਾਂ ਇਸ ਸਾੜੀ ਦੇ ਨਾਲ ਤੁਹਾਨੂੰ ਹੋਰ ਬਹੁਤ ਜ਼ਿਆਦਾ ਵਰਾਇਟੀ ਮਿਲੇਗੀ। ਲਓ ਜੀ ਦੋਸਤੋ, ਅਸੀਂ ਤੁਹਾਨੂੰ ਸਾੜੀਆਂ ਵੀ ਦਿਖਾਈਆਂ, ਸੂਟ ਵੀ ਦਿਖਾਏ ਅਤੇ ਲਹਿੰਗੇ ਵੀ ਦਿਖਾਏ, ਅਤੇ ਦੇਖ ਰਹੀ ਜਨਤਾ ਬਹੁਤ ਖੁਸ਼ ਹੋਏਗੀ ਇਹ ਸਭ ਦੇਖ ਕੇ। ਹੁਣ ਸਮਾਂ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਬਿਕੋਜ਼ ਵਕਤ ਖਤਮ ਹੋ ਚੱਲਾ। ਅਸੀਂ ਮਿਲਾਂਗੇ ਤੁਹਾਨੂੰ ਅਗਲੇ ਹਫ਼ਤੇ ਇੱਕ ਨਵੀਂ ਜਗ੍ਹਾ ਦੇ ਨਾਲ, ਬਟ ਔਨ ਦ ਸੇਮ ਸ਼ੋਅ ਵਿਦ ਦ ਸੇਮ ਐਂਕਰ। ਤਦ ਤੱਕ ਜਿਵੇਂ ਮੈਂ ਕਹਿੰਦੀ ਹਾਂ, ਖੁਸ਼ ਰਹੋ, ਹੱਸਦੇ ਰਹੋ ਅਤੇ ਵੱਸਦੇ ਰਹੋ, ਜਿਵੇਂ ਕਹਿੰਦੇ ਹਾਂ ਅਸੀਂ ਹਮੇ ਰਾਹੀਂ ਪਿਆਰ ਕੇ, ਫਿਰ ਮਿਲਾਂਗੇ ਚਲਦੇ ਚਲਦੇ, ਅਤੇ ਮਿਲਾਂਗੇ ਅਗਲੇ ਹਫ਼ਤੇ। ਖੁਸ਼ ਰਹੋ, ਬਾਏ ਬਾਏ। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज, जिंदगी की भागदौड़ से कभी थकावट ना हो, जिम्मेदारियों और आशाओं से कभी तनाव ना हो, इसीलिए रोज पीजिए पुखराज नोनी जूस। ये शरीर से टॉक्सिन साफ कर आपको भरपूर ऊर्जा देता है, जिससे आपको मिलती है तन की शक्ति और मन की शांति। पुखराज नोनी जूस, ताकत शुद्धता की। सेहत है तो जिंदगी है, और जब सेहत की बात होगी तो पुखराज एलोवेरा से शुरुआत होगी, जो न केवल आपको बीमारियों से बचाए बल्कि स्वस्थ और खूबसूरत भी बनाए। पुखराज।